ਦਾ ਨਾਲ ਔਰ ਬਹੁਤ ਹੀ ਕੌਨਫੀਡੈਂਸ ਦੇ ਨਾਲ ਕਿ ਜੋ ਪੋਲਿਸੀ ਔਰ ਜਿਸ ਤਰੀਕੇ ਦੇ ਨਾਲ ਮੋਦੀ ਜੀ ਨੇ ਚਲਾਇਆ ਹੈ ਉਹ ਮੈਨੂੰ ਪੂਰੀ ਯਕੀਨ ਹੋ ਰਿਹਾ ਹੈ ਕਿ ਅਸੀਂ ਆਪਣੇ ਸੂਬੇ ਲਈ ਆਪਣੇ ਦੇਸ਼ ਲਈ ਵਧੀਆ ਤੋਂ ਵਧੀਆ ਕੰਮ ਕਰ ਸਕਾਂਗੇ। ਦੇਖੋ ਸਿਆਸਤ ਹਰ ਵਕਤ ਲੜਾਈ ਦੀ ਮੈਦਾਨ ਹੁੰਦਾ, ਖਾਸ ਕਰਕੇ ਜਦ ਚੋਣਾਂ ਆਉਂਦੀਆਂ ਨੇ ਤਾਂ ਚੋਣਾਂ ਆਉਣ ਦਿਓ, ਅਸੀਂ ਆਪਣਾ ਪੱਖ ਰੱਖਾਂਗੇ ਔਰ ਜੋ ਵੀ ਵਧੀਆ ਕੰਮ ਹੋਏ ਨੇ ਉਹ ਅੱਗੇ ਲੈ ਕੇ ਜਾਵਾਂਗੇ, ਫਿਰ ਲੋਕ ਤੁਲਨਾ ਕਰਕੇ ਵੋਟ ਪਾਉਣਗੇ। ਤੁਸੀਂ ਲੜੋਗੇ ਪਟਿਆਲਾ ਤੋਂ? ਜੋ ਹਾਈ ਕਮਾਂਡ ਕਹੂਗਾ ਮੈਂ ਕਰੂੰਗੀ। ਦੇਖੋ 25 ਸਾਲ ਕਾਂਗਰਸ ਦੇ ਨਾਲ ਕੰਮ ਕੀਤਾ, ਮੈਂ ਉਸ ਦੇ ਵਿੱਚ ਜਾਣਾ ਨਹੀਂ ਚਾਹੀਦੀ, ਵਧੀਆ ਕੰਮ ਹੋਇਆ ਪਰ ਅੰਤ ਦੇ ਵਿੱਚ ਕਾਂਗਰਸ ਵੱਲੋਂ ਹੀ ਉਹਨਾਂ ਨੇ ਇਹ ਮਹਿਸੂਸ ਕੀਤਾ ਹੋਣਾ ਕਿ ਸਾਡੇ ਵਰਗਿਆਂ ਦੀ ਲੋੜ ਨਹੀਂ ਹੈ, ਔਰ ਮੈਨੂੰ ਵੀ ਮਹਿਸੂਸ ਹੋਇਆ ਕਿ ਇਹ ਜੇ ਅਸੀਂ ਆਪਣੇ ਦੇਸ਼ ਦੇ ਲਈ ਆਪਣੇ ਸੂਬੇ ਲਈ ਆਪਣੀ ਲੋਕ ਸਭਾ ਖੇਤਰ ਦੇ ਲਈ ਕੰਮ ਕਰਨਾ ਹੈ ਤਾਂ ਭਾਰਤੀ ਜਨਤਾ ਪਾਰਟੀ ਹੀ ਇਹ ਡਿਲੀਵਰ ਕਰ ਸਕਦੀ ਹੈ ਉਹਨਾਂ ਨਾਲ।